ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਚੱਕੀ ਦਰਿਆ ਤੇ ਬਣਿਆ ਰੇਲਵੇ ਪੁਲ ਜੋ ਤੇਜ਼ ਮੀਂਹ ਦੇ ਕਾਰਨ ਦਰਿਆ ਦੇ ਵਿੱਚ ਰੁੜ ਗਿਆ ਤੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਰੇਲਵੇ ਪੁਲ ਤੋਂ ਜਾਣ ਵਾਲੀਆਂ ਰੇਲਾਂ ਰੋਕ ਦਿੱਤੀਆਂ ਸਨ। ਇਹ ਰੇਲਵੇ ਪੁਲ ਜਿਹੜਾ ਦੱਸਿਆ ਜਾ ਰਿਹਾ ਕਿ 80 ਸਾਲ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਬਣਿਆ ਇਹ ਰੇਲਵੇ ਪੁਲ ਸੀ। ਰੇਲਵੇ ਦੇ ਇਸ ਪੁਲ ਟੁੱਟਣ ਦੇ ਕਾਰਨ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ। ਲੋਕਾਂ ਦਾ ਕਹਿਣਾ ਕਿ ਪਹਿਲਾਂ ਹੀ ਰੇਲਵੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਕਿ ਇਸ ਪੁਲ ਦੀ ਮੁਰੰਮਤ ਕਰਵਾਈ ਜਾਵੇ, ਪਰ ਸਰਕਾਰ ਵੱਲੋਂ ਅਤੇ ਰੇਲਵੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਰੋਸ ਜਤਾਇਆ ਕਿ ਜਿਹੜਾ ਇਹ ਪੁਲ ਟੁੱਟਿਆ ਇੱਕ ਰੇਲਵੇ ਦੀ ਅਣਗਹਿਲੀ ਕਾਰਨ ਟੁੱਟਿਆ ਅਤੇ ਲੋਕਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਆਓ ਸੁਣ ਲੈਂਦੇ ਹਾਂ ਕੀ ਕੁਝ ਕਹਿਣਾ ਹੈ ਇਹਨਾਂ ਲੋਕਾਂ ਦਾ। ਹਾਂਜੀ ਸਰ, ਕੀ ਨਾਮ ਤੁਹਾਡਾ ਜੀ? ਰਾਜੇਸ਼ ਪਠਾਨੀਆ। ਰਾਜੇਸ਼ ਜੀ, ਕੀ ਪਰੇਸ਼ਾਨੀ ਆਈ ਹੈ? ਸਰ, ਹਮਾਰਾ ਇੱਕ NGO ਵੀ ਹੈ ਜਿਸਕਾ ਨਾਮ ਹੈ ਹਿਮਾਚਲ ਮਾਨਵ ਅਧਿਕਾਰ ਲੋਕ ਬੋਡੀ, ਔਰ ਹਮ ਲੋਗ ਸੋਸ਼ਲ ਐਕਟੀਵਿਟੀਜ਼ ਕਰਤੇ ਰਹਤੇ ਹੈ। ਹਮਨੇ 2 ਸਾਲ ਪਹਿਲੇ ਇਸ ਪੁਲ ਕੀ ਸਥਿਤੀ ਦੇਖੀ ਇਸਕੇ, ਕਿਉਂਕਿ ਆਸ ਪਾਸ ਜੋ 500-700 ਮੀਟਰ ਕੀ ਰੇਂਜ ਮੇ ਭਾਰੀ ਖਨਨ ਹੋ ਰਹਾ ਥਾ। ਅਭੀ ਵੀ ਆਪ ਦੇਖੇ ਤੋ ਯਹਾਂ ਸੇ 500 ਮੀਟਰ ਦੂਰ ਜਾ ਕੇ ਕੋਈ 40-50 ਫੁੱਟ ਗਹਿਰੇ ਔਰ ਝੀਲੇ ਬਨੀ ਹੋਈ ਹੈ। ਤੋ ਹਮਨੇ ਇਸਕੀ ਸ਼ਿਕਾਇਤ ਜੋ ਥੀ ਵੋ ਰੇਲਵੇ ਵਿਭਾਗ ਰੇਲਵੇ ਮੰਤਰਾਲੇ ਕੋ ਈਮੇਲ ਦੁਆਰਾ ਕਰੀ ਥੀ, ਔਰ ਉਨਕੋ ਯੇ ਚੇਤਾਇਆ ਥਾ ਕਿ ਆਪਕਾ ਯੇ ਜੋ ਰੇਲਵੇ ਪੁਲ ਹੈ ਯੇ ਕਭੀ ਵੀ ਗਿਰ ਸਕਤਾ ਹੈ, ਤੋ ਇਸਕੇ ਲੀਏ ਵਕਤ ਰਹਤੇ ਆਪ ਕੋਈ ਇੰਤਜ਼ਾਮ ਕਰੇ। ਕਿਉਂਕਿ ਇਹ ਜੋ ਪੁਲ ਹੈ ਆਪ ਦੇਖੇਂਗੇ ਪਠਾਨਕੋਟ ਸੇ ਜੋਗਿੰਦਰ ਨਗਰ ਤੱਕ ਇਹ ਨੈਰੋ ਗੇਜ ਲਾਈਨ ਜਾਤੀ ਹੈ, ਔਰ ਜੋ ਬੀਚ ਮੇ ਜੋ ਇਲਾਕੇ ਆਤੇ ਵਹਾਂ ਪੇ ਬੱਸ ਕੀ ਸੁਵਿਧਾ ਬਹੁਤ ਕਮ ਹੈ। ਔਰ ਆਪਨੇ ਪੀਛੇ ਵੀ ਦੇਖਾ ਹੋਗਾ ਯੇ ਜੋ ਪੁਲ ਟੁੱਟਾ ਜੋ ਹਮਾਰਾ ਰੋਡਵੇਜ ਕਾ, ਤੋ ਇਸਮੇ ਵੀ ਜੋ ਲੋਕਲ ਲੋਕ ਥੇ ਵੋ ਪੁਲ ਸੇ ਹੀ ਵਾਪਸ ਜਾਤੇ ਥੇ, ਜੋ ਲੋਕਲ ਲੋਕ ਥੇ ਵੋ ਰੇਲਵੇ ਪੁਲ ਸੇ ਆਸ ਪਾਸ ਜਾਤੇ, ਕਿਉਂਕਿ ਸਾਰੇ ਬੱਚੇ ਹਮਾਰੇ ਪੰਜਾਬ ਮੇ ਪੜ੍ਹਦੇ ਹੈ, ਪਠਾਨਕੋਟ ਜਾਤੇ ਹੈ, ਬੜੇ ਬਜ਼ੁਰਗ ਜਾਂ ਕੋਈ ਹੋਸਪਿਟਲ ਹੈ ਤੋ ਇਸੀ ਸੇ ਜਾਤੇ ਹੈ। ਤੋ ਆਪ ਦੇਖੇ ਕਿ ਵਹਾਂ ਜੋ ਸੂਰਿਆ ਨਗਰੋਟਾ ਵੋ ਜੋ ਇਲਾਕੇ ਵੋ ਰੇਲਵੇ ਸੇ ਹੀ ਸਫ਼ਰ ਕਰਤੇ, ਔਰ ਇਸਕੋ 3-4 ਮਹੀਨੇ ਸੇ ਬੰਦ ਕਰ ਦਿਆ ਗਿਆ, ਕਿਉਂਕਿ ਇਸਕੇ ਪਿੱਲਰੋਂ ਮੇ ਜੋ ਕ੍ਰੈਕ ਆਗੇ ਹੋਏ ਥੇ। ਆਪ ਅਭੀ ਵੀ ਯਹਾਂ ਪੇ ਦੇਖ ਸਕਤੇ ਹੈ ਕਿ ਕ੍ਰੈਕ ਆਗੇ ਹੋਏ ਥੇ, ਔਰ ਉਸ ਵਜ੍ਹਾ ਸੇ ਹਮਨੇ ਇੱਕ ਵਾਰ ਫਿਰ ਸੇ ਯੇ ਚੇਤਾਇਆ ਔਰ ਪ੍ਰੈਸ ਮੇ ਵੀ ਨਿਕਲਵਾਇਆ, ਪਰ ਬਰਸਾਤ ਭਾਰੀ ਹੋ ਰਹੀ ਥੀ। ਆਪ ਦੇਖ ਰਹੇ ਹਾਂ ਕਿ ਚੱਕੀ ਕਿਸ ਤਰ੍ਹਾਂ ਸੇ ਆਪਣਾ ਵਿਕਰਾਲ ਰੂਪ ਲੈ ਰਹੀ ਹੈ, ਔਰ ਯਹਾਂ ਪੇ ਮਾਈਨਿੰਗ ਕੇ ਨਾਮ ਪੇ ਸਰਕਾਰੋਂ ਨੇ ਕੁਛ ਨਹੀਂ ਕੀਆ। ਔਰ ਇਸਕਾ ਮੁਝੇ ਲੱਗ ਰਿਹਾ ਕਿ ਯੇ 32 ਨੰਬਰ ਬ੍ਰਿਜ ਹੈ ਉਨਕੀ ਲੈਂਗੁਏਜ ਮੇ, ਔਰ ਇਸਕਾ ਇੱਕ ਟੈਂਡਰ ਹੁਆ ਥਾ ਸ਼ਾਇਦ 10-11 ਕਰੋੜ ਕਾ, ਔਰ ਉਸਕੋ ਰਿਪੇਅਰ ਕੇ ਨਾਮ ਪੇ ਵੋ ਲੀਪਾ ਪੋਤੀ ਕੀ ਗਈ। ਆਪ ਨੀਚੇ ਕੇ ਪਿੱਲਰ ਦੇਖੇ ਤੋ ਵਹਾਂ ਵੀ ਜੋ ਹੈ ਵੋ ਨੀਚੇ ਸੇ ਖਾਲੀ ਹੋ ਚੁਕੇ, ਉਪਰ ਪਲਸਤਰ ਹੈ ਔਰ ਨੀਚੇ ਸੇ ਵੋ ਪੱਥਰ ਜੋ ਵੋ ਸਾਫ ਦਿਖ ਰਹੇ ਹੈ, ਔਰ ਬਾਕੀ ਕੇ ਵੀ ਪੁਲ ਕਿਸੀ ਵੀ ਸਮੇਂ ਗਿਰ ਸਕਤੇ ਹੈ। ਹਮਾਰੀ ਇੱਕ ਵਾਰ ਫਿਰ ਕੇਂਦਰ ਸਰਕਾਰ ਸੇ ਔਰ ਰੇਲਵੇ ਮੰਤਰਾਲੇ ਸੇ ਇਹ ਨਿਵੇਦਨ ਹੈ ਕਿ ਕਿਰਪਿਆ ਸੰਗਿਆਨ ਲੇ ਔਰ ਇਸਕਾ ਖਮਿਆਜਾ ਜੋ ਵੋ ਆਮ ਜਨਤਾ ਕੋ ਭੁਗਤਨਾ ਪੜਤਾ ਹੈ। ਮੇਰਾ ਬਸ ਇਤਨਾ ਹੀ ਜਾਣਾ। ਪਿੰਡ ਮੇਰਾ ਹਰਿਆਲ ਹੈ। ਬਾਕੀ ਇਹ ਜਿਹੜਾ ਪੁਲ ਹੈਗਾ ਇਹ ਪਠਾਨਕੋਟ ਤੋਂ ਜੋਗਿੰਦਰ ਨਗਰ ਤੱਕ ਨੈਰੋਗੇਜ ਲਾਈਨ ਹੈ, ਉਹਨੂੰ ਜੋੜਦਾ ਹੈਗਾ ਆ, ਅਤੇ ਇਹਦੇ ਨਾਲ ਕੀ ਹੈਗਾ ਬੜੇ ਵਪਾਰੀ ਵਗੈਰਾ ਵਰਗ ਜੋ ਹੈਗਾ ਉਹ ਉੱਥੇ ਜਾਂਦਾ। ਬਾਕੀ ਇੱਧਰ ਦੇ ਲੋਕ ਗਰੀਬ ਹੈਗੇ ਨੇ, ਉਹ ਆਮ ਬੱਸਾਂ ਦਾ ਕਿਰਾਇਆ ਨਹੀਂ ਦੇ ਸਕਦੇ। ਇਹਦਾ ਜਿਹੜਾ ਕਿਰਾਇਆ ਹੈਗਾ ਬਿਲਕੁਲ ਮਿਨੀਮਮ ਹੈਗਾ ਆ, ਅਫੋਰਡੇਬਲ ਹੈਗਾ ਆ, ਹਰ ਇੱਕ ਕੋਈ ਜਾ ਸਕਦਾ ਆ, ਅਤੇ ਇਹਦੇ ਨਾਲ ਬਿਲਕੁਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ, ਅਤੇ ਇਹ ਜ਼ਿਆਦਾਤਰ ਤਾਂ ਕ੍ਰੈਸ਼ਰ ਇੰਡਸਟਰੀ ਕਰਕੇ ਹੋਇਆ, ਨਹੀਂ ਤਾਂ ਇਹ ਪੁਲ 'ਤੇ ਰੁੜਨ ਦੀ ਕੋਈ ਉਹ ਹੀ ਨਹੀਂ ਸੀਗੀ। 50-55 ਸਾਲ ਮੇਰੀ ਉਮਰ ਹੋ ਗਈ ਹੈ ਅਤੇ ਪਹਿਲੀ ਵਾਰੀ ਰੁੜਿਆ ਹੈਗਾ ਹੈ, ਉਸ ਤੋਂ ਪਹਿਲੇ ਪਤਾ ਨਹੀਂ ਕਦੋਂ ਦਾ ਬਣਿਆ ਹੈਗਾ ਜੀ। ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲਾ ਚੱਕੀ ਦਰਿਆ ਤੇ ਬਣਿਆ ਰੇਲਵੇ ਪੁਲ ਜੋ ਤੇਜ਼ ਮੀਂਹ ਦੇ ਕਾਰਨ ਦਰਿਆ ਦੇ ਵਿੱਚ ਰੁੜ ਗਿਆ ਤੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਇਸ ਰੇਲਵੇ ਪੁਲ ਤੋਂ ਜਾਣ ਵਾਲੀਆਂ ਰੇਲਾਂ ਰੋਕ ਦਿੱਤੀਆਂ ਸਨ। ਇਹ ਰੇਲਵੇ ਪੁਲ ਜਿਹੜਾ ਦੱਸਿਆ ਜਾ ਰਿਹਾ ਕਿ 80 ਸਾਲ ਪੁਰਾਣਾ ਅੰਗਰੇਜ਼ਾਂ ਦੇ ਸਮੇਂ ਬਣਿਆ ਇਹ ਰੇਲਵੇ ਪੁਲ ਸੀ। ਰੇਲਵੇ ਦੇ ਇਸ ਪੁਲ ਟੁੱਟਣ ਦੇ ਕਾਰਨ ਲੋਕਾਂ 'ਚ ਕਾਫ਼ੀ ਰੋਸ ਪਾਇਆ ਜਾ ਰਿਹਾ। ਲੋਕਾਂ ਦਾ ਕਹਿਣਾ ਕਿ ਪਹਿਲਾਂ ਹੀ ਰੇਲਵੇ ਵਿਭਾਗ ਨੂੰ ਸੂਚਿਤ ਕਰ ਦਿੱਤਾ ਸੀ ਕਿ ਇਸ ਪੁਲ ਦੀ ਮੁਰੰਮਤ ਕਰਵਾਈ ਜਾਵੇ, ਪਰ ਸਰਕਾਰ ਵੱਲੋਂ ਅਤੇ ਰੇਲਵੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਰੋਸ ਜਤਾਇਆ ਕਿ ਜਿਹੜਾ ਇਹ ਪੁਲ ਟੁੱਟਿਆ ਇੱਕ ਰੇਲਵੇ ਦੀ ਅਣਗਹਿਲੀ ਕਾਰਨ ਟੁੱਟਿਆ ਅਤੇ ਲੋਕਾਂ ਨੇ ਕਿਹਾ ਕਿ ਹੁਣ ਲੋਕਾਂ ਨੂੰ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਤੇ ਆਓ ਸੁਣ ਲੈਂਦੇ ਹਾਂ ਕੀ ਕੁਝ ਕਹਿਣਾ ਹੈ ਇਹਨਾਂ ਲੋਕਾਂ ਦਾ। ਹਾਂਜੀ ਸਰ, ਕੀ ਨਾਮ ਤੁਹਾਡਾ ਜੀ? ਰਾਜੇਸ਼ ਪਠਾਨੀਆ। ਰਾਜੇਸ਼ ਜੀ, ਕੀ ਪਰੇਸ਼ਾਨੀ ਆਈ ਹੈ? ਸਰ, ਹਮਾਰਾ ਇੱਕ NGO ਵੀ ਹੈ ਜਿਸਕਾ ਨਾਮ ਹੈ ਹਿਮਾਚਲ ਮਾਨਵ ਅਧਿਕਾਰ ਲੋਕ ਬੋਡੀ, ਔਰ ਹਮ ਲੋਗ ਸੋਸ਼ਲ ਐਕਟੀਵਿਟੀਜ਼ ਕਰਤੇ ਰਹਤੇ ਹੈ। ਹਮਨੇ 2 ਸਾਲ ਪਹਿਲੇ ਇਸ ਪੁਲ ਕੀ ਸਥਿਤੀ ਦੇਖੀ ਇਸਕੇ, ਕਿਉਂਕਿ ਆਸ ਪਾਸ ਜੋ 500-700 ਮੀਟਰ ਕੀ ਰੇਂਜ ਮੇ ਭਾਰੀ ਖਨਨ ਹੋ ਰਹਾ ਥਾ। ਅਭੀ ਵੀ ਆਪ ਦੇਖੇ ਤੋ ਯਹਾਂ ਸੇ 500 ਮੀਟਰ ਦੂਰ ਜਾ ਕੇ ਕੋਈ 40-50 ਫੁੱਟ ਗਹਿਰੇ ਔਰ ਝੀਲੇ ਬਨੀ ਹੋਈ ਹੈ। ਤੋ ਹਮਨੇ ਇਸਕੀ ਸ਼ਿਕਾਇਤ ਜੋ ਥੀ ਵੋ ਰੇਲਵੇ ਵਿਭਾਗ ਰੇਲਵੇ ਮੰਤਰਾਲੇ ਕੋ ਈਮੇਲ ਦੁਆਰਾ ਕਰੀ ਥੀ, ਔਰ ਉਨਕੋ ਯੇ ਚੇਤਾਇਆ ਥਾ ਕਿ ਆਪਕਾ ਯੇ ਜੋ ਰੇਲਵੇ ਪੁਲ ਹੈ ਯੇ ਕਭੀ ਵੀ ਗਿਰ ਸਕਤਾ ਹੈ, ਤੋ ਇਸਕੇ ਲੀਏ ਵਕਤ ਰਹਤੇ ਆਪ ਕੋਈ ਇੰਤਜ਼ਾਮ ਕਰੇ। ਕਿਉਂਕਿ ਇਹ ਜੋ ਪੁਲ ਹੈ ਆਪ ਦੇਖੇਂਗੇ ਪਠਾਨਕੋਟ ਸੇ ਜੋਗਿੰਦਰ ਨਗਰ ਤੱਕ ਇਹ ਨੈਰੋ ਗੇਜ ਲਾਈਨ ਜਾਤੀ ਹੈ, ਔਰ ਜੋ ਬੀਚ ਮੇ ਜੋ ਇਲਾਕੇ ਆਤੇ ਵਹਾਂ ਪੇ ਬੱਸ ਕੀ ਸੁਵਿਧਾ ਬਹੁਤ ਕਮ ਹੈ। ਔਰ ਆਪਨੇ ਪੀਛੇ ਵੀ ਦੇਖਾ ਹੋਗਾ ਯੇ ਜੋ ਪੁਲ ਟੁੱਟਾ ਜੋ ਹਮਾਰਾ ਰੋਡਵੇਜ ਕਾ, ਤੋ ਇਸਮੇ ਵੀ ਜੋ ਲੋਕਲ ਲੋਕ ਥੇ ਵੋ ਪੁਲ ਸੇ ਹੀ ਵਾਪਸ ਜਾਤੇ ਥੇ, ਜੋ ਲੋਕਲ ਲੋਕ ਥੇ ਵੋ ਰੇਲਵੇ ਪੁਲ ਸੇ ਆਸ ਪਾਸ ਜਾ, ਕਿਉਂਕਿ ਸਾਰੇ ਬੱਚੇ ਹਮਾਰੇ ਪੰਜਾਬ ਮੇ ਪੜ੍ਹਦੇ ਹੈ, ਪਠਾਨਕੋਟ ਜਾਤੇ ਹੈ,
बड़े बुजुर्ग या कोई हॉस्पिटल है तो वो इसी से जाते हैं। तो आप देखें कि वहाँ जो सूर्या नगरोटा वो जो इलाके हैं वो रेलवे से ही सफ़र करते हैं, और इसको 3-4 महीने से बंद कर दिया गया क्योंकि इसके पिलरों में जो क्रैक आगे हुए थे, आप अभी भी यहाँ पर देख सकते हैं कि क्रैक आगे हुए थे, और उस वजह से हमने एक बार फिर से ये चेताया और प्रेस में भी निकलवाया, पर बरसात भारी हो रही थी। आप देख रहे हैं कि चक्की किस तरह से अपना विकराल रूप ले रही है, और यहाँ पे माइनिंग के नाम पे सरकारों ने कुछ नहीं किया, और इसका मुझे लग रहा है कि यह 32 नंबर ब्रिज है उनकी लैंग्वेज में, और इसका एक टेंडर हुआ था शायद 10-11 करोड़ का, और उसको रिपेयर के नाम पे वो लीपापोती की गई। आप नीचे के पिलर देखें तो वहाँ भी जो है वो नीचे से खाली हो चुके, ऊपर प्लस्तर है और नीचे से वो पत्थर जो वो साफ दिख रहे हैं, और बाकी के भी पुल किसी भी समय गिर सकते हैं। हमारी एक बार फिर केंद्र सरकार से और रेलवे मंत्रालय से ये निवेदन है कि कृपया संज्ञान लें और इसका खमियाजा जो वो आम जनता को भुगतना पड़ता है। मेरा पास इतना ही जानकारी। पिंड मेरा हरियाल है, बाकी ये जो पुल हैगा ये पठानकोट तो जोगिंद्र नगर तक नैरो गेज लाइन है उन्होंने जोड़ता है, तो ये की है बड़े व्यापारी वगैरह वर्ग जो है उत्थे जाता, बाकी इधर के लोग गरीब है वो आम बसा का किराया नहीं दे सकते। इहदा जिहड़ा किराया है बिल्कुल मिनीमम है, अफोर्डेबल है, हर एक कोई जा सकता है, तो ये बिल्कुल बहुत ज़्यादा नुकसान हो रहा है, तो ये ज़्यादातर तो क्रशर इंडस्ट्री करके होया, नहीं तो यह पुल तो रुड़न की कोई वो ही नहीं सी। 50-55 साल मेरी उम्र हो गई है तो पहली बार रुड़िया गया है, उस तो पहले पता नहीं कदों का बनया है जी। पंजाब ते हिमाचल नूं जोड़न वाला चक्की दरिया ते बनिया रेलवे पुल जो तेज मींह दे कारण दरिया दे विच रुड़ गया, ते दस दईए कि कुछ दिन पहला ही इस रेलवे पुल तो जाण वालियां रेलां रोक दित्तियां सन। यह रेलवे पुल जिहड़ा दस्सिया जा रहा कि 80 साल पुराना अंग्रेजां दे समें बनिया रेलवे पुल सी, रेलवे दे इस पुल टुट्टण दे कारण लोकां च काफी रोस पाया जा रहा। लोकां दा कहना कि पहलां ही रेलवे विभाग नूं सूचित कर दित्ता सी कि इस पुल दी मुरम्मत करवाई जावे, पर सरकार वल्लों ते रेलवे विभाग वल्लों कोई भी कारवाई नहीं की, कोई भी ध्यान नहीं दिता गया। लोगों ने रोस जताया कि जिहड़ा पुल टुटिया एक रेलवे की अणगहली कारण टुटिया, तो लोगों ने कहा कि हुण लोगों नूं जिहड़ी मुश्किलों का सामना करना पै रहा है, तो आओ सुन लैने की कुछ कहना है इन्हां लोगों का। हाँ जी सर, की नाम तुहाडा जी? राजेश पठानिया। राजेश जी, की परेशानी आई है? सर हमारा एक NGO भी है जिसका नाम है हिमाचल मानवाधिकार लोक बॉडी, और हम लोग सोशल एक्टिविटीज करते रहते हैं। हमने 2 साल पहले इस पुल की स्थिति देखी इसके, क्योंकि आसपास जो 500-700 मीटर की रेंज में भारी खनन हो रहा था। अभी भी आप देखें तो यहाँ से 500 मीटर दूर जाके कोई 40-50 फुट गहरे और झीलें बनी हुई हैं। तो हमने इसकी शिकायत जो थी वो रेलवे विभाग रेलवे मंत्रालय को ईमेल द्वारा करी थी, और उनको ये चेताया था कि आपका ये जो रेलवे पुल है ये कभी भी गिर सकता है, तो इसके लिए वक्त रहते आप कोई इंतज़ाम करें। क्योंकि ये जो पुल है आप देखेंगे पठानकोट से जोगिंद्र नगर तक ये नैरो गेज लाइन जाती है, और जो बीच में जो इलाके आते हैं वहाँ पर बस की सुविधा बहुत कम है। और आपने पीछे भी देखा होगा ये जो पुल टूटा जो हमारा रोडवेज का, तो इसमें भी जो लोकल लोग थे वो पुल से ही वापस जाते थे, जो लोकल लोग थे वो रेलवे पुल से आस पास जाते, क्योंकि सारे बच्चे हमारे पंजाब में पढ़ते हैं, पठानकोट जाते हैं, बड़े बुजुर्ग या कोई हॉस्पिटल है तो वो इसी से जाते हैं। तो आप देखें कि वहाँ जो सूर्या नगरोटा वो जो इलाके हैं वो रेलवे से ही सफ़र करते, और इसको 3-4 महीने से बंद कर दिया गया क्योंकि इसके पिलरों में जो क्रैक आगे हुए थे, आप अभी भी यहाँ पर देख सकते हैं कि क्रैक आगे हुए थे, और उस वजह से हमने एक बार फिर से ये चेताया और प्रेस में भी निकलवाया, पर बरसात भारी हो रही थी। आप देख रहे हैं कि चक्की किस तरह से अपना विकराल रूप ले रही है, और यहाँ पे माइनिंग के नाम पे सरकारों ने कुछ नहीं किया, और इसका मुझे लग रहा है कि यह 32 नंबर ब्रिज है उनकी लैंग्वेज में, और इसका एक टेंडर हुआ था शायद 10-11 करोड़ का, और उसको रिपेयर के नाम पे वो लीपापोती की गई। आप नीचे के पिलर देखें तो वहाँ भी जो है वो नीचे से खाली हो चुके, ऊपर प्लस्तर है और नीचे से वो पत्थर जो वो साफ दिख रहे हैं, और बाकी के भी पुल किसी भी समय गिर सकते हैं। हमारी एक बार फिर केंद्र सरकार से और रेलवे मंत्रालय से ये निवेदन है कि कृपया संज्ञान लें और इसका खमियाजा जो वो आम जनता को भुगतना पड़ता है। मेरा पास इतना ही जानकारी। पिंड मेरा हरियाल है, बाकी ये जो पुल हैगा ये पठानकोट तो जोगिंद्र नगर तक नैरो गेज लाइन है उन्होंने जोड़ता है, तो ये की है बड़े व्यापारी वगैरह वर्ग जो है उत्थे जाता, बाकी इधर के लोग गरीब है वो आम बसा का किराया नहीं दे सकते। इहदा जिहड़ा किराया है बिल्कुल मिनीमम है, अफोर्डेबल है, हर एक कोई जा सकता है, तो ये बिल्कुल बहुत ज़्यादा नुकसान हो रहा है, तो ये ज़्यादातर तो क्रशर इंडस्ट्री करके होया, नहीं तो ये पुल तो रुड़न की कोई वो ही नहीं सी। 50-55 साल मेरी उम्र हो गई है तो पहली बार रुड़िया है, उस तो पहले पता नहीं कदों का बनया है जी।